ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰੇ ਚੈਨਲ ਸਟੱਡੀ ਬਾਈ ਹਰਪ੍ਰੀਤ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਦੋਸਤੋ, ਜੋ ਆਰਮੀ ਪਬਲਿਕ ਸਕੂਲ ਵੱਲੋਂ ਜੋ ਭਰਤੀ ਦਾ ਨੋਟੀਫਿਕੇਸ਼ਨ ਆਊਟ ਕੀਤਾ ਗਿਆ, ਜੋ ਟੀਚਰਸ ਜੋ ਭਰਤੀ ਉਹਨਾਂ ਟੀਚਰ ਵਗੈਰਾ ਦੀ ਠੀਕ ਆਊਟ ਕੀਤੀ ਗਈ ਹੈ। ਟੋਟਲ ਪੋਸਟਾਂ ਦੀ ਗੱਲ ਕਰੀਏ ਤਾਂ 8,700 ਪੋਸਟਾਂ ਨੇ ਟੀਚਰ ਦੀਆਂ, ਠੀਕ ਹੈ। 8,700 ਟੀਚਰਸ ਦੀਆਂ ਜੋ ਪੋਸਟਾਂ ਆਊਟ ਕੀਤੀਆਂ ਗਈਆਂ ਨੇ, ਕੀ ਐਲੀਜੀਬਿਲਟ ਕਟੀਰੀਆ, ਕੀ ਕੁਆਲੀਫਿਕੇਸ਼ਨ, ਕੀ ਏਜ, ਸਾਰੀ ਡਿਟੇਲ ਇਸ ਵੀਡੀਓ ਵਿੱਚ ਦੇਵਾਂਗਾ, ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਣਾ। ਤਾਂ ਸ਼ੁਰੂ ਕਰਦੇ ਅੱਜ ਦੀ ਵੀਡੀਓ ਨੂੰ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਿਲੈਕਸ਼ਨ ਪ੍ਰੋਸੈਸ ਦੀ, ਜੋ ਤੁਹਾਡੇ ਤਿੰਨ ਸਟੇਜਾਂ ਵਿੱਚ ਰਹੇਗਾ, ਜੋ ਵੀ ਤੁਹਾਡਾ ਸਿਲੈਕਸ਼ਨ ਪ੍ਰੋਸੈਸ ਹੈਗਾ, ਠੀਕ ਹੈ। ਆਹ ਦਿੱਤੇ ਹੋਏ ਨੇ ਤਿੰਨ ਸਟੇਜ ਦਿੱਤੇ ਹੋਏ ਨੇ। ਪਹਿਲਾਂ ਤੁਹਾਡਾ ਹੋਵੇਗਾ ਸਕਰੀਨਿੰਗ ਐਗਜ਼ਾਮ, ਤੁਹਾਡਾ ਐਗਜ਼ਾਮ ਵਗੈਰਾ ਹੋਵੇਗਾ। ਫਿਰ ਹੋਵੇਗਾ ਤੁਹਾਡੀ ਇੰਟਰਵਿਊ, ਉਸ ਤੋਂ ਬਾਅਦ ਹੋਵੇਗੀ ਤੁਹਾਡੀ ਐਵਲੂਸ਼ਨ ਆਫ ਟੀਚਿੰਗ ਸਕਿੱਲਸ ਐਂਡ ਕੰਪਿਊਟਰ ਫਰੂਐਂਸੀ। ਇਹ ਤਿੰਨ ਚੀਜ਼ਾਂ ਵਿੱਚ ਤੁਹਾਡਾ ਜੋ ਸਿਲੈਕਸ਼ਨ ਪ੍ਰੋਸੈਸ ਹੋਵੇਗਾ। ਅਤੇ ਤੁਹਾਡਾ ਜੋ ਐਗਜ਼ਾਮ ਹੋਣ ਵਾਲਾ ਔਨਲਾਈਨ ਸਕਰੀਨਿੰਗ ਟੈਸਟ, ਠੀਕ ਹੈ, ਇਹ ਤੁਹਾਡਾ ਹੋਵੇਗਾ 19 ਅਤੇ 20 ਫਰਵਰੀ ਨੂੰ। 19-20 ਫਰਵਰੀ ਨੂੰ ਤੁਹਾਡਾ ਜੋ ਹੋਣ ਵਾਲਾ ਹੈ ਐਗਜ਼ਾਮ ਵਗੈਰਾ, ਬਾਕੀ ਤੁਸੀਂ ਚੈੱਕ ਕਰ ਲੈਣਾ, ਠੀਕ ਹੈ। ਹੁਣ ਆਪਾਂ ਗੱਲ ਕਰਦੇ ਹਾਂ ਇਸ 'ਤੇ ਜੋ ਕੁਆਲੀਫਿਕੇਸ਼ਨ ਦੀ, ਜੋ ਪੀ ਜੀ ਟੀ ਵਾਸਤੇ ਪੋਸਟ ਗ੍ਰੈਜੂਏਸ਼ਨ, ਤੁਹਾਡੇ ਜੋ ਪੋਸਟ ਗ੍ਰੈਜੂਏਸ਼ਨ ਵਿੱਚ 50% ਮਾਰਕਸ ਬੀ ਐਡ ਕੀਤੀ ਉਹਦੇ ਵਿੱਚ 50% ਮਾਰਕਸ, ਅਤੇ ਟੀ ਜੀ ਟੀ ਵਾਸਤੇ ਗ੍ਰੈਜੂਏਸ਼ਨ ਕੀਤੀ 50% ਮਾਰਕਸ, ਬੀ ਐਡ ਵਿੱਚ ਵੀ 50% ਮਾਰਕਸ, ਅਤੇ ਪੀ ਆਰ ਟੀ ਵਿੱਚ ਗ੍ਰੈਜੂਏਸ਼ਨ ਕੀਤੀ 50% ਮਾਰਕਸ, ਅਤੇ ਨਾਲ 2 ਸਾਲਾਂ ਦਾ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ, ਜਾਂ ਤੁਸੀਂ ਬੀ ਐਡ ਕੀਤੀ 50% ਮਾਰਕਸ, ਇਹਨਾਂ ਵਿੱਚ ਹੋਣੇ ਚਾਹੀਦੇ ਨੇ, ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਇਹ ਅਲੱਗ ਅਲੱਗ ਪੋਸਟਾਂ ਦਿੱਤੀਆਂ ਹੋਈਆਂ ਨੇ, ਪੀ ਜੀ ਟੀ, ਟੀ ਜੀ ਟੀ, ਪੀ ਆਰ ਟੀ, ਠੀਕ ਹੈ। ਇਹਨਾਂ ਵਿੱਚ ਕੁਆਲੀਫਿਕੇਸ਼ਨ ਤੁਹਾਨੂੰ ਮੈਂ ਦੱਸ ਦਿੱਤੀ, ਬਾਕੀ ਤੁਸੀਂ ਚੈੱਕ ਕਰ ਲੈਣੀ ਇੱਥੇ, ਠੀਕ ਹੈ। ਹੁਣ ਗੱਲ ਕਰਦੇ ਹਾਂ ਆਪਾਂ ਏਜ ਦੀ, ਜੋ ਫਰੈਸ਼ ਕੈਂਡੀਡੇਟ ਹੈਗੇ ਨੇ ਉਹ 40 ਸਾਲ ਤੱਕ ਅਪਲਾਈ ਕਰ ਸਕਦੇ ਨੇ, ਜੋ ਐਕਸਪੀਰੀਅੰਸ ਹੈਗੇ ਨੇ ਕੈਂਡੀਡੇਟ ਐਕਸਪੀਰੀਅੰਸ, ਠੀਕ ਹੈ, ਉਹਨਾਂ ਦੇ ਹੈਗੇ 57 ਸਾਲ, 57 ਸਾਲ ਤੱਕ ਅਪਲਾਈ ਕਰ ਸਕਦੇ ਨੇ। ਬਾਕੀ ਯਾਰ ਰਿਲੈਕਸ਼ਨ ਦਿੱਤਾ ਤੁਸੀਂ ਵੇਖ ਲੈਣਾ ਜੋ ਵੀ। ਇਹਦੇ ਵਿੱਚ ਆਪਾਂ ਐਗਜ਼ਾਮ ਫੀਸ ਦੀ ਗੱਲ ਕਰੀਏ ਤਾਂ ਜੋ 385 ਰੁਪਏ ਫੀਸ ਰੱਖੀ ਗਈ ਨੋਨ ਰਿਫੰਡਬਲ, ਠੀਕ ਹੈ, ਅਤੇ ਚੈੱਕ ਕਰ ਲੈਣਾ ਤੁਸੀਂ ਇੱਥੇ। ਅਤੇ 7 ਜੋ ਇਹਦੇ ਔਨਲਾਈਨ ਸਟਾਰਟ ਹੋ ਗਏ, 7 ਜਨਵਰੀ ਤੋਂ ਸਟਾਰਟ ਹੋ ਗਏ ਨੇ, 28 ਜਨਵਰੀ 2022 ਇਸ ਦੀ ਲਾਸਟ ਡੇਟ ਹੈ, ਤਾਂ ਪਹਿਲਾਂ ਤੁਸੀਂ ਅਪਲਾਈ ਕਰ ਲੈਣਾ ਹੈ। ਅਪਲਾਈ ਤੁਸੀਂ ਕਰਨਾ ਔਨਲਾਈਨ ਅਪਲਾਈ ਕਰਨਾ, ਆਹ ਇੰਪੋਰਟੈਂਟ ਡੇਟ ਦਿੱਤੀ ਹੋਈ ਹੈ ਨਾ। ਰਜਿਸਟ੍ਰੇਸ਼ਨ ਤੁਸੀਂ ਜੋ ਔਨਲਾਈਨ ਸਟਾਰਟ ਤੁਹਾਡੇ 7 ਜਨਵਰੀ ਤੋਂ ਲੈ ਕੇ 28 ਜਨਵਰੀ 2022 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ। ਜੋ ਐਡਮਿਟ ਕਾਰਡ ਤੁਹਾਡੇ ਆਉਣਗੇ ਜੀ 10 ਫਰਵਰੀ 2022 ਨੂੰ, ਅਤੇ ਐਗਜ਼ਾਮ ਤੁਹਾਡਾ ਐਗਜ਼ਾਮੀਨੇਸ਼ਨ ਹੋਵੇਗਾ 19 ਅਤੇ 20 ਫਰਵਰੀ 19-20 ਫਰਵਰੀ 2022 ਨੂੰ ਤੁਹਾਡਾ ਐਗਜ਼ਾਮ ਹੋਵੇਗਾ, ਅਤੇ ਰਿਜ਼ਲਟ ਵਗੈਰਾ ਜੋ ਆਵੇਗਾ ਇਹਦਾ 28 ਫਰਵਰੀ 2022 ਨੂੰ ਤੁਹਾਡਾ ਰਿਜ਼ਲਟ ਆ ਜਾਵੇਗਾ। ਤਾਂ ਇਹ ਥੱਲੇ ਇੰਟਰਕਸ਼ਨ ਵਗੈਰਾ ਦਿੱਤੀਆਂ ਨੇ, ਇਸ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹ ਲੈਣਾ, ਜੋ ਵੀ ਇਹਦੇ ਵਿੱਚ ਹੈਗਾ ਚੰਗੀ ਤਰ੍ਹਾਂ ਇਸ ਨੂੰ ਰੀਡ ਆਊਟ ਇੱਕ ਵਾਰੀ ਜ਼ਰੂਰ ਕਰ ਲੈਣਾ ਅਪਲਾਈ ਕਰਨ ਤੋਂ ਪਹਿਲਾਂ। ਤਾਂ ਇਹ ਸੀ ਅੱਜ ਦੀ ਵੀਡੀਓ, ਜੇਕਰ ਤੁਹਾਡੇ ਮਨ ਵਿੱਚ ਕੋਈ ਵੀ ਡਾਊਟ ਤਾਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ। ਬਹੁਤ ਹੀ ਵਧੀਆ ਜੋ ਭਰਤੀ ਆਊਟ ਕੀਤੀ ਗਈ ਹੈ ਐਲੀਜੀਬਲ ਕੈਂਡੀਡੇਟ, ਇਸ ਨੂੰ ਜੋ ਵੀ ਐਲੀਜੀਬਲ ਕੈਂਡੀਡੇਟ ਅਪਲਾਈ ਕਰ ਸਕਦੇ ਹੈ। ਤਾਂ ਇਹ ਸੀ ਅੱਜ ਦੀ ਵੀਡੀਓ, ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ, ਅਤੇ ਤੁਹਾਡੇ ਮਨ ਵਿੱਚ ਕੋਈ ਵੀ ਡਾਊਟ ਹੈਗਾ ਤਾਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ। ਧੰਨਵਾਦ।